ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਰਿੰਦਰ ਕੌਰ ਪ੍ਰਾਜ ਸੰਗਰੂਰ ਖੜੀ ਹਾਂ ਹਾਈਵੇ 'ਤੇ ਪੀ ਜੀ ਆਈ ਦੇ ਕੋਲ। ਜਦੋਂ ਦਾ ਚੋਣ ਦਾ ਜਿਹੜਾ ਅਖਾੜਾ ਭਖਿਆ ਤਾਂ ਜਿਹੜੇ ਸੰਗਰੂਰ ਤੋਂ ਇੱਥੋਂ ਜਿਹੜੇ ਆਪਣੇ ਆਪ ਨੂੰ ਅਖਵਾਉਣ ਦਿੱਗਜ ਲੀਡਰ ਅਖਵਾਉਣ ਵਾਲੇ ਉਹਨਾਂ ਦੀਆਂ ਕੋਝੀਆਂ ਹਰਕਤਾਂ ਤੁਹਾਨੂੰ ਦਿਖਾਉਣ ਲੱਗੀ ਹਾਂ। ਆਹ ਸਾਹਮਣੇ ਜਿਹੜਾ ਬੋਰਡ ਹੈ ਇਹ ਅੱਜ ਦੂਜੀ ਵਾਰ ਫਿਰ ਇਹਨੂੰ ਫਾੜ ਦਿੱਤਾ ਗਿਆ। ਪਰਸੋਂ ਦੋ ਦਿਨ ਪਹਿਲਾਂ ਮੁੰਡੇ ਲਗਵਾ ਕੇ ਗਏ ਸੀ, ਤਾਂ ਦੇਖ ਲਓ ਤੁਹਾਡੇ ਸਾਹਮਣੇ ਵੀ ਕਿਹੋ ਜਿਹੀਆਂ ਹਰਕਤਾਂ 'ਤੇ ਉਤਰੇ ਹੋਏ ਨੇ। ਅਗਰ ਇਹਨਾਂ ਨੂੰ ਮੈਂ, ਕਿਉਂਕਿ ਦੋ ਦਿਨ ਪਹਿਲਾਂ ਮੈਂ ਪ੍ਰਸ਼ਾਸਨ ਦੇ ਨਾਲ ਵੀ ਗੱਲ ਕੀਤੀ ਆ, SDM ਸੰਗਰੂਰ ਦੇ ਨਾਲ ਗੱਲ ਕੀਤੀ ਆ, ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਵੀ ਇਹਨਾਂ ਨੂੰ ਫੜਵਾ ਰਹੇ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ, ਆਪ ਜਿਹੜਾ ਸਮਝ ਸਕਦੇ ਹੋ ਕਿ ਇਹਨਾਂ ਨੂੰ ਕੌਣ ਫੜਵਾ ਰਿਹਾ। ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜਾ ਮਾਹੌਲ ਜਿਹੜਾ ਇੱਦਾਂ ਦਾ ਬਣਾਇਆ ਜਾ ਰਿਹਾ, ਤੁਸੀਂ ਇਲੈਕਸ਼ਨਾਂ ਲੜਨੀਆਂ ਨੇ, ਤੁਸੀਂ ਇਲੈਕਸ਼ਨ ਲੜੋ ਜਿੱਦਾਂ ਲੜਦੇ ਹੁੰਦੇ ਬੰਦਿਆਂ ਦੀ ਤਰ੍ਹਾਂ, ਲੋਕਾਂ ਦੇ ਵਿੱਚ ਜਾਓ, ਲੋਕਾਂ ਦੀ ਕਚਹਿਰੀ ਦੇ ਵਿੱਚ ਜਾਓ, ਲੋਕ ਤੁਹਾਨੂੰ ਆਪ ਫੈਸਲਾ ਕਰਨਗੇ। ਇਹ ਜਿਹੜੀਆਂ ਇੱਦਾਂ ਦੀਆਂ ਹਰਕਤਾਂ ਕਰਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ? ਮੈਂ ਇੱਕ ਆਮ ਘਰ ਦੀ, ਇੱਕ ਛੋਟੇ ਜਿਹੇ ਕਿਸਾਨ ਦੀ ਧੀ ਹਾਂ, ਅੱਜ ਲੜਾਈ ਲੜ ਰਹੀ ਹਾਂ ਅਤੇ ਸੰਗਰੂਰ ਦੀ ਧੀ ਹਾਂ, ਅਤੇ ਮੈਨੂੰ ਵਿਸ਼ਵਾਸ ਆ ਕਿ ਅੱਜ ਜਿਹੜੇ ਸੰਗਰੂਰ ਦੀ ਧੀ ਹੋਣ ਦੇ ਨਾਤੇ ਸੰਗਰੂਰ ਦਾ ਹਰ ਭਰਾ, ਹਰ ਮਾਤਾ, ਹਰ ਬਜ਼ੁਰਗ ਅੱਜ ਆਪਣੀ ਧੀ ਦੇ ਨਾਲ ਖੜਨਗੇ। ਅਤੇ ਇਹ ਜਿਹੜੇ ਲੋਕ ਇੱਦਾਂ ਦੀਆਂ ਹਰਕਤਾਂ ਕਰ ਰਹੇ ਨੇ, ਇਹਨਾਂ ਨੂੰ ਮੈਂ ਆਗਾਹ ਕਰਨਾ ਚਾਹੁੰਦੀ ਹਾਂ ਕਿ ਜਿੰਨੀਆਂ ਫਲੈਕਸਾਂ ਤੁਸੀਂ ਪਾੜੋਗੇ ਸੰਗਰੂਰ ਦੇ, ਮੇਰੇ ਭਰਾ ਜਿਹੜੇ ਦਿਨ ਰਾਤ ਕਰਕੇ, ਜਿਹੜੇ ਇੱਕ ਇੱਕ ਰੁਪਈਆ ਇਕੱਠਾ ਕਰਕੇ ਉਹ ਫਲੈਕਸਾਂ ਲਾ ਰਹੇ ਨੇ, ਉਹ ਤੁਹਾਡੇ ਤੋਂ ਗਿਣਤੀ ਨਹੀਂ ਹੋਣੀ ਉਨੀਆਂ ਫਲੈਕਸਾਂ ਲਾਉਣਗੇ। ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਓ, ਬੰਦਿਆਂ ਦੀ ਤਰ੍ਹਾਂ ਚੋਣ ਲੜ ਲਓ ਜਿਵੇਂ ਚੋਣਾਂ ਹੁੰਦੀਆਂ ਨੇ। ਇਹ ਹਰਕਤਾਂ ਕਰਨੀਆਂ ਤੁਸੀਂ ਬੰਦ ਕਰ ਦਿਓ, ਨਹੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਨਤੀਜੇ ਨੇ ਤੁਸੀਂ ਆਪ ਭੁਗਤੋਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਰਿੰਦਰ ਕੌਰ ਪ੍ਰਾਜ ਸੰਗਰੂਰ ਖੜੀ ਹਾਂ ਹਾਈਵੇ 'ਤੇ ਪੀ ਜੀ ਆਈ ਦੇ ਕੋਲ। ਜਦੋਂ ਦਾ ਚੋਣ ਦਾ ਜਿਹੜਾ ਅਖਾੜਾ ਭਖਿਆ ਤਾਂ ਜਿਹੜੇ ਸੰਗਰੂਰ ਤੋਂ ਇੱਥੋਂ ਜਿਹੜੇ ਆਪਣੇ ਆਪ ਨੂੰ ਅਖਵਾਉਣ ਦਿੱਗਜ ਲੀਡਰ ਅਖਵਾਉਣ ਵਾਲੇ ਉਹਨਾਂ ਦੀਆਂ ਕੋਝੀਆਂ ਹਰਕਤਾਂ ਤੁਹਾਨੂੰ ਦਿਖਾਉਣ ਲੱਗੀ ਹਾਂ। ਆਹ ਸਾਹਮਣੇ ਜਿਹੜਾ ਬੋਰਡ ਹੈ ਇਹ ਅੱਜ ਦੂਜੀ ਵਾਰ ਫਿਰ ਇਹਨੂੰ ਫਾੜ ਦਿੱਤਾ ਗਿਆ। ਪਰਸੋਂ ਦੋ ਦਿਨ ਪਹਿਲਾਂ ਮੁੰਡੇ ਲਗਵਾ ਕੇ ਗਏ ਸੀ, ਤਾਂ ਦੇਖ ਲਓ ਤੁਹਾਡੇ ਸਾਹਮਣੇ ਵੀ ਕਿਹੋ ਜਿਹੀਆਂ ਹਰਕਤਾਂ 'ਤੇ ਉਤਰੇ ਹੋਏ ਨੇ। ਅਗਰ ਇਹਨਾਂ ਨੂੰ ਮੈਂ, ਕਿਉਂਕਿ ਦੋ ਦਿਨ ਪਹਿਲਾਂ ਮੈਂ ਪ੍ਰਸ਼ਾਸਨ ਦੇ ਨਾਲ ਵੀ ਗੱਲ ਕੀਤੀ ਆ, SDM ਸੰਗਰੂਰ ਦੇ ਨਾਲ ਗੱਲ ਕੀਤੀ ਆ, ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਵੀ ਇਹਨਾਂ ਨੂੰ ਫੜਵਾ ਰਹੇ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ, ਆਪ ਜਿਹੜਾ ਸਮਝ ਸਕਦੇ ਹੋ ਕਿ ਇਹਨਾਂ ਨੂੰ ਕੌਣ ਫੜਵਾ ਰਿਹਾ। ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜਾ ਮਾਹੌਲ ਜਿਹੜਾ ਇੱਦਾਂ ਦਾ ਬਣਾਇਆ ਜਾ ਰਿਹਾ, ਤੁਸੀਂ ਇਲੈਕਸ਼ਨਾਂ ਲੜਨੀਆਂ ਨੇ, ਤੁਸੀਂ ਇਲੈਕਸ਼ਨ ਲੜੋ ਜਿੱਦਾਂ ਲੜਦੇ ਹੁੰਦੇ ਬੰਦਿਆਂ ਦੀ ਤਰ੍ਹਾਂ, ਲੋਕਾਂ ਦੇ ਵਿੱਚ ਜਾਓ, ਲੋਕਾਂ ਦੀ ਕਚਹਿਰੀ ਦੇ ਵਿੱਚ ਜਾਓ, ਲੋਕ ਤੁਹਾਨੂੰ ਆਪ ਫੈਸਲਾ ਕਰਨਗੇ। ਇਹ ਜਿਹੜੀਆਂ ਇੱਦਾਂ ਦੀਆਂ ਹਰਕਤਾਂ ਕਰਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ? ਮੈਂ ਇੱਕ ਆਮ ਘਰ ਦੀ, ਇੱਕ ਛੋਟੇ ਜਿਹੇ ਕਿਸਾਨ ਦੀ ਧੀ ਹਾਂ, ਅੱਜ ਲੜਾਈ ਲੜ ਰਹੀ ਹਾਂ ਅਤੇ ਸੰਗਰੂਰ ਦੀ ਧੀ ਹਾਂ, ਅਤੇ ਮੈਨੂੰ ਵਿਸ਼ਵਾਸ ਆ ਕਿ ਅੱਜ ਜਿਹੜੇ ਸੰਗਰੂਰ ਦੀ ਧੀ ਹੋਣ ਦੇ ਨਾਤੇ ਸੰਗਰੂਰ ਦਾ ਹਰ ਭਰਾ, ਹਰ ਮਾਤਾ, ਹਰ ਬਜ਼ੁਰਗ ਅੱਜ ਆਪਣੀ ਧੀ ਦੇ ਨਾਲ ਖੜਨਗੇ। ਅਤੇ ਇਹ ਜਿਹੜੇ ਲੋਕ ਇੱਦਾਂ ਦੀਆਂ ਹਰਕਤਾਂ ਕਰ ਰਹੇ ਨੇ, ਇਹਨਾਂ ਨੂੰ ਮੈਂ ਆਗਾਹ ਕਰਨਾ ਚਾਹੁੰਦੀ ਹਾਂ ਕਿ ਜਿੰਨੀਆਂ ਫਲੈਕਸਾਂ ਤੁਸੀਂ ਪਾੜੋਗੇ ਸੰਗਰੂਰ ਦੇ, ਮੇਰੇ ਭਰਾ ਜਿਹੜੇ ਦਿਨ ਰਾਤ ਕਰਕੇ, ਜਿਹੜੇ ਇੱਕ ਇੱਕ ਰੁਪਈਆ ਇਕੱਠਾ ਕਰਕੇ ਉਹ ਫਲੈਕਸਾਂ ਲਾ ਰਹੇ ਨੇ, ਉਹ ਤੁਹਾਡੇ ਤੋਂ ਗਿਣਤੀ ਨਹੀਂ ਹੋਣੀ ਉਨੀਆਂ ਫਲੈਕਸਾਂ ਲਾਉਣਗੇ। ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਓ, ਬੰਦਿਆਂ ਦੀ ਤਰ੍ਹਾਂ ਚੋਣ ਲੜ ਲਓ ਜਿਵੇਂ ਚੋਣਾਂ ਹੁੰਦੀਆਂ ਨੇ। ਇਹ ਹਰਕਤਾਂ ਕਰਨੀਆਂ ਤੁਸੀਂ ਬੰਦ ਕਰ ਦਿਓ, ਨਹੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਨਤੀਜੇ ਨੇ ਤੁਸੀਂ ਆਪ ਭੁਗਤੋਗੇ।